ਸਾਡੇ ਵਰਗੀ ਨਾ ਜਿਹੜੇ ਵੂਮਨਸ ਨੇ ਸਾਨੂੰ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਕਿ ਬਹੁਤ ਵਾਰ ਜਿਆ ਹੁੰਦਾ ਹੈ ਕਿ ਸ਼ਾਇਦ ਅਸੀਂ ਸੋਚਦੇ ਸੀ ਪਿੰਡ ਦੇ ਵਿੱਚ ਹੁੰਨੇ ਆ ਜਦੋਂ ਨਾ ਅਸੀਂ ਪਲੱਸ 2 ਕੀਤਾ ਅਸੀਂ ਬੀਏ ਕੀਤਾ ਇਹ ਸੋਚਦੇ ਕਿ ਨਹੀਂ ਅੱਗੇ ਕੀ ਹੈ ਸਾਡਾ ਕੁਝ ਵੀ ਨਹੀਂ ਹੈਗਾ ਨਾ ਨਾ ਸਾਡੇ ਕੋਲ ਪੈਸਾ ਹੈ ਤੇ ਨਾ ਸਾਡੇ ਕੋਲ ਕਾਲਜ ਦੀ ਫੀਸ ਹੈ ਹਨਾ ਪਰ ਇਸ ਸਿਚੁਏਸ਼ਨ ਸਿਚੁਏਸ਼ਨ ਤੋਂ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਲੜਕੀਆਂ ਗੁਜ਼ਰਦੀਆਂ ਹੋਣਗੀਆਂ ਸੋ ਕਿਵੇਂ ਕਾਮਯਾਬ ਹੋ ਜਾਂਦੀਆਂ ਨੇ ਮੈਂ ਚਾਹੂੰਗੀ ਕਿ ਤੁਸੀਂ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਜ਼ਰੂਰ ਦੱਸੋ ਦੇਖੋ ਕਾਮਯਾਬ ਕਈਆਂ ਨੇ ਹੋ ਕੇ ਦਿਖਾਇਆ ਹੈ ਆਪਾਂ ਅ ਸਐਸਪੀ ਅਬਨੀਤ ਦੀ ਐਗਜ਼ਾਮਪਲ ਲੈ ਲਓ ਅਕਸਰ ਮੈਂ ਆਪਣੇ ਪੇਜ ਤੇ ਲਿਖਦੀ ਹਾਂ ਕਿ ਆਰਮ ਕਰਾਂ ਦੇ ਬੱਚੇ ਨੇ ਕਾਮਯਾਬ ਹੋ ਕੇ ਦਿਖਾਇਆ ਹੈ 올림픽 ਸੇ ਜਾ ਕੇ ਦਿਖਾਇਆ ਹੈ ਇੰਨੀ ਅੱਛੀ ਪੋਸਟ ਤੇ ਆ ਮੇਰੀ ਐਗਜ਼ਾਮਪਲ ਲੈ ਲਓ ਹੋਰ ਇੰਨੇ ਪੰਜਾਬ ਦੇ ਵਿੱਚ ਲੜਕੀਆਂ ਹੈਗੀਆਂ ਨੇ ਸੋ ਉਹਨਾਂ ਨੇ ਠਾਨਿਆ ਹੋਇਆ ਤੇ ਕੋ 40 ਇਅਰਸ ਦੀ ਉਮਰ ਦੇ ਵਿੱਚ ਐਸਐਸਪੀ ਹੈ ਹੁਣ ਹਨਾ ਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਬਸ 30 ਸਾਲ ਦੀ ਉਮਰ ਚੀ ਫਟਾਫਟ ਮੈਨੂੰ ਆ ਮਿਲ ਜੇ ਉਹ ਮਿਲ ਜੇ ਜਾਂ ਮੈਂ ਫਟਾਫਟ ਕੈਨੇਡਾ ਜਾ ਕੇ ਆ ਬਣਾ ਲਾਂ ਉਹ ਬਣਾ ਲਾਂ ਸੋ ਇਹ ਹੈ ਕਿ ਸਬਰ ਔਰਤ ਦੀ ਜ਼ਿੰਦਗੀ ਚ ਜਿਹੜਾ ਉਹ ਸਬਰ ਬਹੁਤ ਜ਼ਰੂਰੀ ਆ ਤੇ ਇੱਕ ਯੂ نو ਅੱਛੀ ਸ਼ਵੀ ਬੜੀ ਜ਼ਰੂਰੀ ਆ ਕਿਉਂਕਿ ਹਰ ਕੋਈ ਜਦੋਂ ਤੁਸੀਂ ਕਿਸੇ ਕੋ ਕੁਝ ਨਹੀਂ ਹੁੰਦਾ ਤੁਹਾਡੇ ਬਾਰੇ ਉਹਨੂੰ ਬਹੁਤ ਇਨੋ ਹੋਰ ਬੜਾ ਕ੍ਰਿਟਿਕਸ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਆਪਣੇ ਦੇ ਆਰਟੀਕਲ ਪੜ੍ਹ ਕੇ ਲੱਗੇਗਾ ਕਿ ਇਹ ਮੈਂ ਹੈ ਹੀ ਨਹੀਂ ਜੋ ਕਿਸੇ ਨੇ ਲਿਖਤਾ ਰਾਈਟ ਸੋ ਬਹੁਤ ਜ਼ਿਆਦਾ ਇੱਕ ਔਰਤ ਨੂੰ ਜਿਹੜਾ ਵਾ ਉਹ ਸਬਰ ਰੱਖਣ ਦੀ ਬਹੁਤ ਲੋੜ ਹੈ ਅੱਜ ਦੇ ਸਮਾਜ ਵਿੱਚ ਕਿਉਂਕਿ ਅਸੀਂ ਆਪੇ ਕਰਨਾ ਸਾਰਾ ਕੁਝ ਬਿਨਾ ਸਹਾਰੇ ਲਏ ਸਾਰਾ ਕੁਝ ਕਰਨਾ ਸੋ ਇਹ ਇੱਕ ਟਫ ਕੰਮ ਆ ਇਹ ਅੰਦਰੋਂ ਜਿਨ੍ਹਾਂ ਨੇ ठानਿਆ ਉਹੀ ਔਰਤਾਂ ਜਿਹੜੀਆਂ ਇਹ ਚੀਜ਼ ਕਰ ਸਕਦੀਆਂ ਹਰ ਕੋਈ ਲਈ ਇਹ ਔਖਾ ਕਿਉਂਕਿ ਹਰ ਕੋਈ ਤੇ ਇਹ ਚਾਹੁੰਦਾ ਕਿ ਮੇਰਾ ਵਿਆਹ ਹੋ ਜੇ ਤੇ ਮੈਨੂੰ ਅੱਗੋਂ ਥੋੜੀ ਜੀ ਹੈਲਪ ਹੋ ਜੇਗੀ ਜਾਂ ਮੈਂ ਕਰੋ ਬਾਹਰ ਚਲ ਜਾ ਤਾਂ ਮੈਂ ਗੁਰਦਾਉਂ ਜਾ ਕੇ ਰਵਾਂਗਾ ਤੇ ਉੱਥੇ ਮੈਨੂੰ ਥੋੜੀ ਆਜ਼ਾਦੀ ਮਿਲ ਜੇਗੀ ਇਹ ਉਹੀ ਔਰਤਾਂ ਕਰ ਸਕਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਸਹਨਦੀਆਂ ਹੋਈਆਂ ਨਾਲ-ਨਾਲ ਸਾਰਿਆਂ ਨੂੰ ਲੈਂਦੇ ਹੋਏ ਮਤਲਬ ਕਿ ਕਿਤੇ ਪਹੁੰਚਣ ਲਈ ਜਿਹੜੀਆਂ ਰੈਡੀ ਹੈ ਤੇ ਆਪਣੀ ਜ਼ਿੰਦਗੀ ਚ ਸਬਰ ਰੱਖਣ ਲਈ ਵੀ ਰੈਡੀ ਨੇ